ਦੋਸਤੋ ਹਾਜ਼ਰ ਆਇਆ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਚੈਨਲ ਰਤੇਸ਼ ਲਖਿਆਨ ਪਲੱਗ ਉੱਤੇ ધ 빅 ਕੈਨੇਡੀਅਨ ਮਾਫੀਆ ਉੱਤੇ ਮੇਰੀ ਚਾਰ ਪਾਰਟ ਦੀ ਸੀਰੀਜ਼ ਦਾ ਚੌਥਾ ਤੇ ਕੰਕਲੂਡਿੰਗ ਪਾਰਟ ਹੈ ਲੇਕਿਨ ਇਸ ਸੀਰੀਜ਼ ਨੂੰ ਮੈਂ ਇੱਕ ਹੋਰ ਐਪੀਸੋਡ ਦੇ ਨਾਲ ਵਧਾਵਾਂਗਾ ਮੈਂ ਪਹਿਲਾ ਜ਼ਿਕਰ ਕੀਤਾ ਸੀ ਕਿ ਬ੍ਰਿਟਿਸ਼ ਕੋਲੰਬੀਆ ਤੇ ਪੰਜਾਬ ਦੇ ਜਿਹੜੇ ਗੈਂਗਸ ਗੈਂਗਸਟਰਾਂ ਤੇ ਲਾਅ ਐਨਫੋਰਸਮੈਂਟ ਏਜੰਸੀਜ਼ ਦੇ ਕੰਮ ਕਰਨ ਦੇ ਢੰਗ ਤਰੀਕੇ ਤੇ ਪ੍ਰਣਾਲੀ ਦਾ ਕੰਪੈਰੀਜ਼ਨ ਕੰਪੈਰੀਟਿਵ ਐਨਾਲਿਸਿਸ ਬਹੁਤ ਜ਼ਰੂਰੀ ਹੈ ਜਿਸ ਨੂੰ ਮੈਂ ਆਪਣੀ ਅਗਲੀ ਰਿਪੋਰਟ ਦੇ ਵਿੱਚ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਵਾਂ ਤੇ ਚੌਥੇ ਇਸ ਪਾਰਟ ਦੇ ਵਿੱਚ ਅੱਜ ਮੈਂ 브ਦਰਸ ਕੀਪਰਸ ਗੈਂਗ ਦੀ ਗੱਲ ਕਰਾਂਗਾ। ਮੇਰੀਆਂ ਪਿਛਲੀਆਂ ਤਿੰਨ ਰਿਪੋਰਟਸ ਦੇ ਵਿੱਚ ਤੁਸੀਂ 브ਦਰਸ ਕੀਪਰਸ ਗੈਂਗ ਦਾ ਜ਼ਿਕਰ ਨਹੀਂ ਸੁਣਿਆ ਹੈ। 24 ਜੁਲਾਈ ਨੂੰ ਵਿਸਲਰ ਦੀ ਘਟਨਾ ਜਿੱਥੇ ਮਨਿੰਦਰ ਧਾਲੀਵਾਲ ਅਤੇ ਉਸ ਦਾ ਇੱਕ ਸਾਥੀ ਸਤਿੰਦਰ ਗਿੱਲ ਸਤ ਗਿੱਲ ਜਿਸ ਨੂੰ ਜਾਣਿਆ ਜਾਂਦਾ ਸੀ ਜੋ ਕਿ ਗੈਂਗਸ ਤੇ ਗੈਂਗਸਟਰਾਂ ਦੇ ਨਾਲ ਤਾਲੁਕ ਨਹੀਂ ਸੀ ਰੱਖਦਾ ਉਹਨਾਂ ਨੂੰ ਗੋਲੀਆਂ ਮਾਰਤੀਆਂ ਜਾਂਦੀਆਂ ਨੇ। ਇਸ ਗੋਲੀकांड ਦੇ ਵਿੱਚ ਇਹਨਾਂ ਦੀ ਦੋ ਲੋਕਾਂ ਦੀ ਮੌਤ ਤੋਂ ਬਾਅਦ ਕੁਝ ਹੀ ਘੰਟਿਆਂ ਦੇ ਵਿੱਚ ਦੋ ਯੂਨਾਈਟਿਡ ਨੇਸ਼ਨਸ ਜਿਹੜਾ ਗੈਂਗ ਹੈ ਉਸਦੇ ਮੈਂਬਰਸ ਨੂੰ ਕਾਬੂ ਕੀਤਾ ਜਾਂਦਾ ਜਿਨ੍ਹਾਂ ਨੇ ਇਹ ਗੋਲੀਆਂ ਚਲਾਈਆਂ ਹੁੰਦੀਆਂ ਨੇ ਗੁਰਸਿਮਰਨ ਸਹੋਤਾ ਅਤੇ تنویر ਖਖ ਇਹ ਦੋ ਲੋਕ ਹੁੰਦੇ ਨੇ ਜੋ ਕਿ ਯੂਨਾਈਟਿਡ ਨੇਸ਼ਨਸ ਗੈਂਗ ਦੇ ਨਾਲ ਤਾਲੁਕ ਰੱਖਦੇ ਹੁੰਦੇ ਨੇ ਮੋਟੀ ਮੋਟੀ ਗੱਲ ਬੜੀ ਸਮਝ ਵਿੱਚ ਆਈ ਉਹ ਇਹ ਸੀ ਕਿ ਬਰਦਰਸ ਕੀਪਰਸ ਗੈਂਗ ਦਾ ਜਿਹੜਾ ਰੌਲਾ ਤੇ ਝਗੜਾ ਹੈ ਉਹ ਯੂਨਾਈਟਿਡ ਨੇਸ਼ਨਸ ਗੈਂਗ ਦੇ ਨਾਲ ਹੈ ਲੇਕਿਨ ਆਪਾਂ ਅੱਜ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਬਰਦਰਸ ਕੀਪਰਸ ਗੈਂਗ ਬਣਿਆ ਕਿ ਤੇ ਕਿਹੜੇ ਲੋਕਾਂ ਨੇ ਬਣਾਇਆ ਤੇ ਕਿਵੇਂ ਇਹ ਗੈਂਗ ਇਮਰਜ ਹੋ ਕੇ ਯੂਨਾਈਟਿਡ ਨੇਸ਼ਨਸ ਗੈਂਗ ਦੇ ਸਾਹਮਣੇ ਖੜਾ ਹੋ ਗਿਆ ਆਪਾਂ ਪਹਿਲਾਂ ਐਗਜ਼ਾਮਿਨ ਕਰ ਚੁੱਕੇ ਹਾਂ ਕਿ ਯੂਨਾਈਟਿਡ ਨੇਸ਼ਨਸ ਇੱਕ ਬਹੁਤ ਹੀ ਪੁਰਾਣਾ ਗੈਂਗ ਹੈ ਜਿਸ ਦੀ ਅਲਾਈਅੰਸ ਜਾਂ ਜਿਹੜੀ ਕੋਲੀਸ਼ਨ ਸੀ ਉਹ ਸੀ ਸੰਦੀਪ ਦੂੜੇ ਅਤੇ ਗੁਰਮੀਤ ਟੱਕ ਦੇ ਨਾਲ ਪਿਛਲੀ ਰਿਪੋਰਟ ਦੇ ਵਿੱਚ ਉਸ ਦਾ ਆਪਾਂ ਜ਼ਿਕਰ ਕੀਤਾ ਲੇਕਿਨ 2017 ਦੇ ਆਸ-ਪਾਸ ਗਵਿੰਦਰ ਗੈਵੀ ਗਰੇਵਾਲ ਨਾਂ ਦਾ ਇੱਕ ਸ਼ਖਸ 브ਦਰਸ ਕੀਪਰਸ ਗੈਂਗ ਨੂੰ ਖੜਾ ਕਰਦਾ ਹੈ ਹੁਣ ਬਰਦਰਸ ਕੀਪਰਸ ਗੈਂਗ ਜਿਹੜਾ ਹੈ ਬੇਸਿਕਲੀ ਇਜ਼ ਦੀ ਸਾਂਝ ਰੈਡ ਸਕੋਰਪੀਅਨਸ ਗੈਂਗ ਦੇ ਨਾਲ ਸੀ ਜੋ ਕਿ ਬੇਕਰਨ ਬਰਦਰਸ ਦਾ ਗੈਂਗ ਸੀ ਜਾਨاتھن ਬੇਕਰਨ ਨੂੰ ਕੈਵਲੋਨਾ ਦੇ ਰਿਜ਼ੋਰਟ ਦੇ ਵਿੱਚ ਮਾਰਿਆ ਗਿਆ ਸੀ ਗੋਲੀਆਂ ਮਾਰੀਆਂ ਗਈਆਂ ਸੀ ਮੈਂ ਆਪਣੀ ਰਿਪੋਰਟ ਦੇ ਵਿੱਚ ਉਸ ਦਾ ਜ਼ਿਕਰ ਕੀਤਾ ਸੀ ਬੇਸਿਕਲੀ ਰੈਡ ਸਕੋਰਪੀਅਨਸ ਜਿਹੜਾ ਹੈ ਉਹ ਐਬਰਟਸਫੋਰਡ ਦਾ ਇੱਕ ਗੈਂਗ ਹੈ ਜ਼ਿਆਦਾਤਰ ਇਹਦੀ ਗਤੀਵਿਧੀਆਂ ਐਬਰਟਸਫੋਰਡ ਦੇ ਵਿੱਚ ਸੀ ਲੇਕਿਨ ਸਰੀ ਦੇ ਵਿੱਚ ਜਦੋਂ ਇਹ ਆਏ ਇਹਨਾਂ ਦਾ ਜਿਹੜਾ ਝਗੜਾ ਸੀ ਪੇਚਾ ਸੀ ਉਹ ਗੁਰਮੀ ਟੱਕ ਦੇ ਗੈਂਗ ਨਾਲ ਪਿਆ ਜੋ ਕਿ ਯੂਨਾਈਟਿਡ ਨੇਸ਼ਨਸ ਦੇ ਨਾਲ ਐਲਾਈਅੰਸ ਦੇ ਵਿੱਚ ਸੀ ਇਸ ਸਾਰੇ ਦੌਰ ਦੇ ਵਿੱਚ ਇੱਕ ਐਸਾ ਸਮਾਂ ਆਇਆ ਸੀ ਜਦੋਂ ਰੈਡ ਸਕੋਰਪੀਅਨਸ ਕਾਫੀ ਡਿਸਕ੍ਰੈਡਿਟ ਹੋ ਗਏ ਸੀ ਇੱਕ ਹੋਰ ਵਿਰੋਧੀ ਗੈਂਗ ਦੇ ਇੱਕ ਮੈਂਬਰ ਦੀ ਪਤਨੀ ਨੂੰ ਇਹਨਾਂ ਨੇ ਗੋਲੀਆਂ ਮਾਰਤੀਆਂ ਸੀ ਤੇ ਇਸ ਗੈਂਗ ਵਾਰ ਦੇ ਵਿੱਚ ਇੱਕ ਦੂਸਰੇ ਦੇ ਰਿਸ਼ਤੇਦਾਰਾਂ ਤੇ ਖਾਸ ਕਰਕੇ ਮਹਿਲਾਵਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਗੱਲਬਾਤ ਤੋਂ ਜਿਸ ਤੋਂ ਬਾਅਦ ਕਿ ਰੈਡ ਸਕੋਰਪੀਅਨਸ ਦੇ ਕਈ ਅਲਾਈਂਡ ਗੈਂਗਸ ਜਿਹੜੇ ਸੀ ਜਾਂ ਗੈਂਗਸਟਰ ਜਿਹੜੇ ਸੀ ਉਹ ਰੈਡ ਕੋਰ ਸਕੋਰਪੀਅਨਸ ਤੋਂ ਕਿਨਾਰਾ ਕਰਨ ਲੱਗ ਪਏ ਲੇਕਿਨ ਇਹੀ ਉਹ ਸਮਾਂ ਸੀ ਜਦੋਂ ਕਿ ਬਰਿੰਦਰ ਢਾਲੀਵਾਲ ਨਾਂ ਦਾ ਇੱਕ ਹੋਰ ਅੰਡਰਵਰਲਡ ਆਪਰੇਟਿਵ ਜੋ ਕਿ ਬੇਸਿਕਲੀ ਸਮਗਲਿੰਗ ਦੇ ਧੰਦੇ ਦੇ ਵਿੱਚ ਬਿਜ਼ਨਸ ਦੇ ਵਿੱਚ ਸੀ ਉਸਨੇ ਰੈਡ ਸਕੋਰਪੀਅਨਸ ਦਾ ਸਾਥ ਨਹੀਂ ਛੱਡਿਆ ਬੇਕਨਸ ਬ੍ਰਦਰ ਦਾ ਸਾਥ ਨਹੀਂ ਛੱਡਿਆ ਇਹੀ ਉਹ ਬਰਿੰਦਰ ਢਾਲੀਵਾਲ ਹੈ ਜਿਸ ਦੇ ਛੋਟੇ ਭਰਾ ਮਨਿੰਦਰ ਢਾਲੀਵਾਲ ਨੂੰ 24 ਜੁਲਾਈ 2022 ਯਾਨੀ ਕਿ 5 ਦਿਨ ਪਹਿਲਾਂ ਗੋਲੀਆਂ ਮਾਰੀਆਂ ਗਈਆਂ ਵਿਸਲਰ ਦੇ ਵਿੱਚ ਸੋ ਰੈਡ ਸਕੋਰਪੀయన్స్ ਅਤੇ ਬੇਕਨ ਬ੍ਰਦਰਸ ਦੇ ਨਾਲ ਢਾਲੀਵਾਲ ਭਰਾਵਾਂ ਦੀ ਬਹੁਤ ਹੀ ਪੁਰਾਣੀ ਸਾਂਝ ਸੀ ਬਰਿੰਦਰ ਢਾਲੀਵਾਲ ਇੱਕ ਬਹੁਤ ਵੱਡਾ ਫਾਈਨੈਂਸਰ ਸੀਗਾ ਇਹਨਾਂ ਡਰੱਗ ਕਾਰਟੇਲਸ ਨੂੰ ਮੋਟਾ ਪੈਸਾ ਇਸ ਧੰਦੇ ਵਿੱਚ ਲਾਉਣ ਲਈ ਮੁਹैया ਕਰਵਾਇਆ ਕਰਦਾ ਸੀ ਤੇ ਇਹਨਾਂ ਦੀ ਜਿਹੜੀ ਸਾਂਝ ਸੀ ਤਕਰੀਬਨ ਇੱਕ ਦਹਾਕੇ ਪੁਰਾਣੀ ਮੰਨੀ ਜਾਂਦੀ ਹੈ ਬਰਿੰਦਰ ਢਾਲੀਵਾਲ ਦੇ ਜਿਹੜੇ ਦੋ ਭਰਾ ਗੈਂਗਵਾਰ ਦੀ ਪੇਂਟ ਚੜ ਚੁੱਕੇ ਹੈਗੇ ਨੇ ਬੀਤੇ ਹਫਤੇ ਮਨਿੰਦਰ ਢਾਲੀਵਾਲ ਅਤੇ ਪਿਛਲੇ ਸਾਲ ਹਰਪ ਢਾਲੀਵਾਲ ਜਿਸ ਨੂੰ ਕਿ ਅਪ੍ਰੈਲ 2021 ਨੂੰ ਗੋਲੀਆਂ ਮਾਰੀਆਂ ਗਈਆਂ ਸੀ ਵੈਂਕੂਵਰ ਦੇ ਕੋਲ ਹਾਰਬਰ ਦੇ ਵਿੱਚ ਹੁਣੇ ਜਿਹੜੀ ਬੀਤੇ ਹਫਤੇ ਦੀ ਘਟਨਾ ਹੈ ਜਿਸ ਵਿੱਚ ਕਿ ਮਨਿੰਦਰ ਢਾਲੀਵਾਲ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਇਹ ਵੈਂਕੂਵਰ ਪੁਲਿਸ ਡਿਪਾਰਟਮੈਂਟ ਦਾ ਇੱਕ ਜਿਹੜਾ ਪਬਲਿਕ ਸੇਫਟੀ ਕਨਸਰਨ ਸੀ ਉਹਨਾਂ ਦੀ ਇੱਕ ਵਾਰਨਿੰਗ ਜਿਹੜੀ ਇਸ਼ੂ ਹੋਈ ਸੀ ਜੋ ਕਿ ਮਈ 2021 ਵਿੱਚ ਇਸ਼ੂ ਹੋਈ ਸੀ 13 ਮਈ ਨੂੰ ਇਹ ਵਾਰਨਿੰਗ ਇਸ਼ੂ ਹੁੰਦੀ ਹੈ 6 ਲੋਕਾਂ ਦੇ ਨਾਂ ਦਿੱਤੇ ਜਾਂਦੇ ਨੇ ਜਿਨ੍ਹਾਂ ਵਿੱਚ ਦੋਵੇਂ ਭਰਾ ਬਰਿੰਦਰ ਢਾਲੀਵਾਲ ਅਤੇ ਮਨਿੰਦਰ ਢਾਲੀਵਾਲ ਦਾ ਜਿਹੜਾ ਨਾਂ ਹੈ ਉਹ ਦਿੱਤਾ ਗਿਆ ਸੀ ਇਹ ਜ਼ਿਕਰ ਕੀਤਾ ਗਿਆ ਸੀ ਪਬਲਿਕ ਨੂੰ ਇਸ ਚੀਜ਼ ਦੇ ਪ੍ਰਤੀ ਚੇਤਾਇਆ ਗਿਆ ਸੀ ਉਹਨਾਂ ਨੂੰ ਵਾਰਨਿੰਗ ਦਿੱਤੀ ਗਈ ਸੀ ਕਿ ਇਹ ਲੋਗ ਗੈਂਗ ਵਾਰਸ ਦਾ ਹਿੱਸਾ ਜਾਂ ਸ਼ਿਕਾਰ ਕਿਸੇ ਸਮੇਂ ਬਣ ਸਕਦੇ ਨੇ ਇਹਨਾਂ ਨੂੰ ਟਾਰਗੇਟ ਕਰਨ ਲਈ ਕਦੇ ਵੀ ਪਬਲਿਕ ਪਲੇਸਿਸ ਦੇ ਵਿੱਚ ਅਟੈਕ ਲਾਇਆ ਜਾ ਸਕਦੇ ਨੇ ਹਮਲੇ ਕੀਤੇ ਜਾ ਸਕਦੇ ਨੇ ਸੋ ਆਮ ਜਿਹੜੀ ਪਬਲਿਕ ਹੈ ਇਸ ਚੀਜ਼ ਤੋਂ ਸੁਚੇਤ ਰਹੇ ਤੇ ਇਹਨਾਂ ਦੇ ਆਸ-ਪਾਸ ਰਹਿਣ ਤੋਂ ਬਚੇ ਇਸ ਤਰੀਕੇ ਦੀ ਵੈਂਕੂਵਰ ਪੁਲਿਸ ਡਿਪਾਰਟਮੈਂਟ ਦੀ ਵਾਰਨਿੰਗ ਪਿਛਲੇ ਸਾਲ ਇਸ਼ੂ ਹੋ ਚੁੱਕੀ ਸੀ ਤੇ ਵੈਂਕੂਵਰ ਪੁਲਿਸ ਡਿਪਾਰਟਮੈਂਟ ਦੀ ਇਸ ਵਾਰਨਿੰਗ ਤੋਂ ਇੱਕ ਦਿਨ ਬਾਅਦ ਹੀ ਜਿਹੜੀ ਕੰਬਾਈਨਡ ਫੋਰਸਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਬ੍ਰਿਟਿਸ਼ ਕੋਲੰਬੀਆ ਦੀ ਹੈ ਬੇਸਿਕਲੀ ਜਿਵੇਂ ਪੰਜਾਬ ਦੇ ਵਿੱਚ ਇੱਕ ਐਂਟੀ ਗੈਂਗਸ ਟਾਸਕ ਫੋਰਸ ਹੈ ਉਵੇਂ ਹੀ ਬ੍ਰਿਟਿਸ਼ ਕੋਲੰਬੀਆ ਤੇ ਕੈਨੇਡਾ ਦੇ ਵਿੱਚ ਗੈਂਗਸ ਤੇ ਗੈਂਗਸਟਰਸ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਉਹਨਾਂ ਦੀ ਫੰਡਿੰਗ ਨੂੰ ਚੋਕ ਕਰਨ ਲਈ ਉਹਨਾਂ ਦੇ ਖਿਲਾਫ ਜਿਹੜੇ ਐਕਸ਼ਨ ਹੁੰਦੇ ਨੇ ਆਪਰੇਸ਼ਨ ਹੁੰਦੇ ਨੇ ਉਹਨਾਂ ਨੂੰ ਕੋਆਰਡੀਨੇਟ ਕਰਨ ਲਈ ਇੱਕ ਕੰਬਾਈਨਡ ਫੋਰਸੇਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਜਿਹੜੀ ਹੈ ਉਹ ਬਣੀ ਹੋਈ ਹੈ ਉਸਨੇ ਅਗਲੇ ਹੀ ਦਿਨ ਇੱਕ ਟੌਪ 11 ਜਿਹੜੇ ਕ੍ਰਾਈਮਨਲ ਸੀ ਉਹਨਾਂ ਦੀ ਸੂਚੀ ਜਾਰੀ ਕੀਤੀ ਜਿਸ ਵਿੱਚ ਕੀ ਇਹ ਮੋਸਟ ਵਾਂਟਡ ਲੋਕ ਨਹੀਂ ਸੀ ਬਲਕਿ ਇਹ ਪਬਲਿਕ ਵਾਰਨਿੰਗ ਸੀ ਜਿਸ ਤਹਿਤ ਕਿ ਲੋਕਾਂ ਨੂੰ ਇਸ ਚੀਜ਼ ਦੇ ਪ੍ਰਤੀ ਅਗਾਹ ਕੀਤਾ ਗਿਆ ਸੀਗਾ ਉਹਨਾਂ ਨੂੰ ਸचेत ਕੀਤਾ ਗਿਆ ਸੀ ਕਿ ਤੁਸੀਂ ਇਹ ਲੋਕ ਜਿੱਥੇ ਵੀ ਹੋਣਗੇ ਇਹਨਾਂ ਤੋਂ ਬਚੋ ਕਿਉਂਕਿ ਇਹ ਲੋਕ ਕਿਸੇ ਵੀ ਸੰਭਾਵਿਤ ਗੈਂਗਵਾਰ ਦਾ ਨਿਸ਼ਾਨਾ ਤੇ ਟਾਰਗੇਟ ਹੋ ਸਕਦੇ ਨੇ ਹੁਣ ਮਈ 2021 ਦੇ ਵਿੱਚ ਜਾਰੀ ਹੋਈ ਇਸ ਲਿਸਟ ਦੇ ਵਿੱਚ ਵੀ ਦੋਵੇਂ ਭਰਾ ਬ੍ਰਿੰਦਰ ਧਾਲੀਵਾਲ ਅਤੇ ਮਨਿੰਦਰ ਧਾਲੀਵਾਲ ਦਾ ਨਾਮ ਸ਼ਾਮਲ ਸੀ ਸੋ ਜੇ 24 ਜੁਲਾਈ ਨੂੰ ਮਨਿੰਦਰ ਧਾਲੀਵਾਲ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਗੋਲੀਆਂ ਮਾਰੀਆਂ ਜਾਂਦੀਆਂ ਨੇ ਗੈਂਗਵਾਰ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਮੈਂਬਰ ਹੈਗੇ ਨੇ ਉਸ ਨੂੰ ਆਪਣਾ ਟਾਰਗੇਟ ਬਣਾ ਲੈਂਦੇ ਨੇ ਇਹ ਕਿਸੇ ਲਈ ਵੀ ਕੋਈ ਸਰਪ੍ਰਾਈਜ਼ ਨਹੀਂ ਸੀ ਇਸ ਦੀ ਭਵਿੱਖਬਾਣੀ 1 ਸਾਲ ਪਹਿਲਾਂ ਹੀ ਮਈ 2021 ਦੇ ਵਿੱਚ ਵੈਂਕੂਵਰ ਅਤੇ ਕੰਬਾਈਨਡ ਫੋਰਸਸ ਸਪੈਸ਼ਲ ਐਨਫੋਰਸਮੈਂਟ ਯੂਨਿਟ ਨੇ ਕਰ ਦਿੱਤੀ ਸੀ ਇਸ ਦੇ ਬਾਵਜੂਦ ਵੀ ਜਿਹੜੀਆਂ ਗੈਂਗਸ ਗੈਂਗ ਵਾਰਸ ਹੈਗਿਆ ਨੇ ਉਹ ਲਗਾਤਾਰ ਜਾਰੀ ਨੇ ਲੇਕਿਨ ਅਥੇ ਇੱਕ ਵਾਰ ਆਪਾਂ ਦੁਬਾਰਾ ਚੱਲਦੇ ਹਾਂ ਬਰਦਰਸ ਕੀਪਰਸ ਗੈਂਗ ਜਦੋਂ 2017 ਦੇ ਵਿੱਚ ਗਿਵਿੰਦਰ ਗੈਵੀ ਗਰੇਵਾਲ ਵੱਲੋਂ ਬਣਾਇਆ ਜਾਂਦਾ ਹੈ ਬਨ ਅਨਸਾਰ ਹੀ ਇਸ ਗੈਂਗ ਦੇ ਵਿੱਚ ਇੱਕ ਪਾੜ ਪੈ ਗਿਆ ਦਰਾਰ ਆ ਗਈ ਤੇ ਦੋ ਅਲੱਗ-ਅਲੱਗ ਧੜੇ ਬਣ ਗਏ ਰੰਡੀ ਕੰਗਨਾ ਦਾ ਇੱਕ ਮੈਂਬਰ ਸੀ ਜੋ ਕਿ ਪਹਿਲਾਂ ਤਾਂ ਬ੍ਰਦਰਸ ਕੀਪਰਸ ਗੈਂਗ ਦਾ ਹੀ ਹਿੱਸਾ ਸੀ ਉਸ ਨੂੰ 2017 ਦੇ ਵਿੱਚ ਨਿਸ਼ਾਨਾ ਬਣਾਇਆ ਗਿਆ ਗੋਲੀਆਂ ਮਾਰ ਕੇ ਉਸ ਨੂੰ ਮਾਰਤਾ ਗਿਆ ਤੇ ਉਸ ਤੋਂ ਕੁਝ ਮਹੀਨੇ ਬਾਅਦ ਗਵਿੰਦਰ ਗੈਵੀ ਗਰੇਵਾਲ ਨੂੰ ਵੀ ਟਾਰਗੇਟ ਕਰ ਲਿਆ ਗਿਆ ਗਰੇਵਾਲ ਦੀ ਮੌਤ ਤੋਂ ਬਾਅਦ ਬ੍ਰਦਰਸ ਕੀਪਰਸ ਗੈਂਗ ਜਿਹੜੇ ਦੋ ਅਲੱਗ-ਅਲੱਗ ਟੜਿਆਂ ਦੇ ਵਿੱਚ ਵੰਡਿਆ ਗਿਆ ਜਿਨ੍ਹਾਂ ਵਿੱਚੋਂ ਇੱਕ ਟੜਾ ਸੀਗਾ ਬ੍ਰਦਰਸ ਕੀਪਰਸ ਗਰੇਵਾਲ ਟੀਮ ਟੀਮ ਗਰੇਵਾਲ ਦੇ ਨਾਂ ਨਾਲ ਉਹਨਾਂ ਨੂੰ ਜਾਣਿਆ ਜਾਂਦਾ ਹੈ ਇਹ ਜਿਹੜੀ ਬਰਦਰਸ ਕੀਪਰਸ ਦਾ ਜਿਹੜਾ ਗੈਂਗ ਹੈ ਇਹਦੇ ਜਿਹੜੇ ਜਿੰਨੇ ਵੀ ਗੈਂਗ ਮੈਂਬਰ ਹੈਗੇ ਨੇ origignal ਜਿਹੜੇ ਗੈਂਗ ਮੈਂਬਰ ਹੁੰਦੇ ਨੇ ਉਹਨਾਂ ਦੀ ਜਿਹੜੀ ਪਛਾਣ ਹੈ ਉਹ ਇਹ ਹੈ ਕਿ ਇਹਨਾਂ ਨੇ ਆਪਣੇ ਬੋਡੀ ਦੇ ਉੱਤੇ ਟੋਰਸੋ ਦੇ ਗਰਦਨ ਦੇ ਆਸ-ਪਾਸ ਦੇ ਹਿੱਸੇ ਦੇ ਉੱਤੇ ਟੈਟੂਜ਼ ਬਣਾਏ ਹੋਏ ਨੇ ਜਿਸ ਵਿੱਚ ਕੀ ਇਹਨਾਂ ਨੇ ਬਦਰਸ ਕੀਪਰਸ ਨੂੰ ਇੱਕ ਡਿਜ਼ਾਈਨਰ ਤਰੀਕੇ ਦੇ ਨਾਲ ਲਿਖਿਆ ਵੀ ਹੋਇਆ ਹੈ ਤੇ ਕੁਝ ਅਜਿਹੇ ਗੈਂਗ ਮੈਂਬਰਸ ਨੇ ਜਿਨ੍ਹਾਂ ਨੇ ਟੈਟੂ ਦੇ ਵਿੱਚ ਨਿਰਪਾਉ ਪੰਜਾਬੀ ਇਹ ਗੁਰਮੁਖੀ ਲਿਪੀ ਦੇ ਵਿੱਚ ਉਹ ਵੀ ਆਪਣੇ ਸਰੀਰ ਦੇ ਉੱਤੇ ਟੈਟੂ ਕਰਾਇਆ ਹੋਇਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਪਾ ਰਹੇ ਹੋ ਬ੍ਰਦਰਸ ਕੀਪਰਸ ਗੈਂਗ ਦਾ ਇਹ ਜਿਹੜਾ ਧੜਾ ਸੀ ਜੋ ਕਿ ਟੀਮ ਗਰੇਵਾਲ ਨਾਂ ਨਾਲੋਂ ਜਾਣਿਆ ਜਾਂਦਾ ਸੀ ਉਸ ਦੀ ਜਿਹੜੀ ਗਤੀਵਿਧੀਆਂ ਸੀ ਉਹ ਨਾ ਸਿਰਫ ਬ੍ਰਿਟਿਸ਼ ਕੋਲੰਬੀਆ ਬਲਕਿ ਈਸਪੋਰਟਸ ਵੀ ਬਾਤਨੀਆਂ ਸ਼ੁਰੂ ਹੋ ਚੁੱਕੀਆਂ ਸੀ ਕੈਲਗਰੀ ਤੇ ਕੁਝ ਹੋਰ ਪ੍ਰੋਵਿੰਸਸ ਦੇ ਵਿੱਚ ਵੀ ਇਸ ਗੈਂਗ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਸੀ ਹੁਣ ਇੱਥੇ ਇੱਕ ਬੜਾ ਇੱਕ ਵੱਖਰਾ ਜਿਹੜਾ ਜਿਹੜਾ ਆਬਜ਼ਰਵੇਸ਼ਨ ਦਾ ਪੁਆਇੰਟ ਇਹ ਹੈ ਕਿ ਕੈਨੇਡਾ ਬਹੁਤ ਵੱਡਾ ਇੱਕ ਮੁਲਕ ਹੈ ਜਿਸ ਦੇ ਕਿ 10 ਅਲੱਗ-ਅਲੱਗ ਪ੍ਰੋਵਿੰਸਸ ਨੇ ਲੇਕਿਨ ਪੂਰੀ ਦੀ ਪੂਰੀ ਗੈਂਗਸਟਰਾਂ ਦੀ ਜਿਹੜੀ ਗਤੀਵਿਧੀਆਂ ਨੇ ਅੰਡਰਵਰਲਡ ਤੇ ਆਰਗੇਨਾਈਜ਼ ਕ੍ਰਾਈਮ ਦਾ ਜਿਹੜਾ ਸਰਕਟ ਚੱਲਦਾ ਹੈ ਉਹ ਸਿਰਫ ਬ੍ਰਿਟਿਸ਼ ਕੋਲੰਬੀਆ ਨੂੰ ਹੀ ਜ਼ਿਆਦਾ ਪ੍ਰਭਾਵਿਤ ਕਰਦਾ ਹੈ। ਇਸੇ ਇਲਾਕਿਆਂ ਦੇ ਵਿੱਚ ਗੈਂਗਸ ਜਿਹੜੇ ਨੇ ਉਹ ਡਰੱਗਸ ਸਮਗਲਿੰਗ ਦਾ ਜਿਹੜਾ ਤੰਦਾ ਕੋਕੀਨ ਦੀ ਸਮਗਲਿੰਗ ਦਾ ਤੰਦਾ ਹੁਣ ਮੈਥ ਤੇ ਫੈਂਟਨਾਈਲ ਜਿਹੜੇ ਹੋਰ ਐਕਸਟੇਸੀ ਡਰੱਗਸ ਹੈਗੇ ਨੇ ਜਾਂ ਫਿਰ ਕੁਝ ਹੱਦ ਤੱਕ ਹੈਰੋਇਨ ਉਹਨਾਂ ਦੀ ਤਸਕਰੀ ਦੇ ਵਿੱਚ ਇਨਵੋਲ ਰਹਿਨੇ ਤੇ ਇਹੀ ਜਿਹੜਾ ਟੈਰਿਟਰੀਜ਼ ਦੇ ਉੱਤੇ ਆਪਣਾ ਆਪਣਾ ਕੰਟਰੋਲ ਕਰਨ ਦੀ ਉਹ ਜਿਹੜੀ ਟਰਫ ਵਾਰ ਹੈ ਉਸ ਦਾ ਇੱਕ ਵੱਡਾ ਕਾਰਨ ਬਣਦਾ ਰਿਹਾ ਹੈ ਸੋ ਬਰਦਰਸ ਕੀਪਰਸ ਵੀ ਐਸੇ ਟਰਫ ਵਾਰ ਦੀ ਲੜਾਈ ਦੇ ਵਿੱਚ ਸਨ ਤੇ ਟੀਮ ਗਰੇਵਾਲ ਦਾ ਜਿਹੜਾ ਧੜਾ ਸੀਗਾ ਇਹ ਲਗਾਤਾਰ ਯੂਨਾਈਟਿਡ ਗੈਂਗਸ ਦੇ ਆਹਮੋ ਸਾਹਮਣੇ ਰਿਹਾ ਹੁਣ ਬਰਦਰਸ ਕੀਪਰਸ ਅਤੇ ਯੂਨਾਈਟਿਡ ਨੇਸ਼ਨਸ ਗੈਂਗ ਦੇ ਦਰਮਿਆਨ ਜਿਹੜੀ ਗੈਂਗ ਵਾਰ ਜਾਰੀ ਸੀ ਉਸ ਲਈ ਸਾਲ 2021 ਇੱਕ ਬਹੁਤ ਹੀ ਖੂਨੀ ਸਾਲ ਸੀ ਜਿਸ ਦੌਰਾਨ ਗੈਂਗ ਵਾਰ ਦੇ ਵਿੱਚ ਹੋਣ ਵਾਲੀਆਂ ਵਾਰਦਾਤਾਂ ਤੇ ਕਤਲ ਜਿਹੜੇ ਉਸ ਦੇ ਮਾਮਲਿਆਂ ਦੇ ਵਿੱਚ ਇੱਕ ਬਹੁਤ ਵੱਡਾ ਵਾਧਾ ਦੇਖਿਆ ਗਿਆ ਮੱਧ 2021 ਆਉਂਦੇ-ਆਉਂਦੇ ਤਕਰੀਬਨ 20 ਜਿਹੜੇ ਮਰਡਰ ਸੀ ਇਸ ਗੈਂਗਵਾਰ ਦੇ ਵਿੱਚ ਹੋ ਚੁੱਕੇ ਸੀ ਤਕਰੀਬਨ ਇੰਨੇ ਕੀ ਅਟੈਂਪਟ ਟੂ ਮਰਡਰ ਦੀਆਂ ਘਟਨਾਵਾਂ ਨੂੰ ਪੁਲਿਸ ਨੇ ਰਿਕਾਰਡ ਕੀਤਾ ਲੇਕਿਨ ਜਿਹੜੇ ਵੱਡੇ ਹਾਈ ਪ੍ਰੋਫਾਈਲ ਕਿਲਿੰਗ ਹੋਈਆਂ ਉਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਨਿਸ਼ਾਨਾ ਬਣਾਇਆ ਗਿਆ ਉਹ ਬਣਾਇਆ ਗਿਆ ਹਰਬ ਢਾਲੀਵਾਲ ਨੂੰ ਜੋ ਕਿ ਬਰਿੰਦਰ ਢਾਲੀਵਾਲ ਦਾ ਭਰਾ ਸੀ ਤੇ ਬਰਦਰਸ ਕੀਪਰਸ ਗੈਂਗ ਦਾ ਇੱਕ ਮੇਨ ਮੈਂਬਰ ਵੀ ਸੀ ਹਰ ਢਾਲੀਵਾਲ ਨੂੰ 17 ਅਪ੍ਰੈਲ 2021 ਨੂੰ ਗੋਲੀਆਂ ਮਾਰੀਆਂ ਗਈਆਂ ਉਸ ਵਕਤ ਜਦੋਂ ਕਿ ਉਹ ਇੱਕ ਹੋਟਲ ਦੇ ਵਿੱਚ ਆਪਣੇ ਕੁਝ ਸਾਥੀਆਂ ਦੇ ਨਾਲ ਬੈਠਾ ਸੀ ਹਾਰ ਤਾਲੀਵਾਲ ਨੂੰ ਜਿਸ ਵਕ ਗੋਲੀਆਂ ਮਾਰੀਆਂ ਜਾਂਦੀਆਂ ਨੇ ਉਸ ਵਕਤ ਉਸ ਦੇ ਨਾਲ ਬਰਿੰਦਰ ਤਾਲੀਵਾਲ ਵੀ ਸੀ ਯਾਨੀ ਕਿ ਉਸ ਦਾ ਵੱਡਾ ਭਰਾ ਤੇ ਮਨਿੰਦਰ ਤਾਲੀਵਾਲ ਵੀ ਸੀ ਮਨਿੰਦਰ ਤਾਲੀਵਾਲ ਥੋੜੀ ਦੂਰੀ ਤੇ ਸੀ ਫਰਾਂਕੋਇਜ਼ ਗੋਥੀਅਰ ਨਾ ਦਾ ਇੱਕ ਕਿਸਾਨ ਸੀਗਾ ਜੋ ਕਿ ਯੂਨਾਈਟਿਡ ਨੇਸ਼ਨਸ ਗੈਂਗ ਵੱਲੋਂ ਭੇਜਿਆ ਗਿਆ ਸੀ ਉਸ ਵੱਲੋਂ ਇਹ ਗੋਲੀਆਂ ਜਿਹੜੀਆਂ ਸੀ ਚਲਾਈਆਂ ਗਈਆਂ ਜਿਸ ਨੂੰ ਚਲਾਉਣ ਤੋਂ ਬਾਅਦ ਇਹ ਬੰਦਾ ਉਤੋਂ ਫਰਾਰ ਹੋਇਆ ਲੇਕਿਨ ਇਸ ਦਾ ਪਿੱਛਾ ਮਨਿੰਦਰ ਤਾਲੀਵਾਲ ਨੇ ਕੀਤਾ ਤੇ ਕੁਝ ਦੂਰ ਜਾ ਕੇ ਇਸ ਨੂੰ ਫੜ ਲਿਆ ਗਿਆ ਤੇ ਇੱਕ ਚਾਕੂ ਦੇ ਨਾਲ ਮਨਿੰਦਰ ਤਾਲੀਵਾਲ ਨੇ ਇਸ ਦੀ ਅੱਖ ਦੇ ਵਿੱਚ ਕਈ ਵਾਰ ਕੀਤੇ ਤੇ ਬਾਅਦ ਦੇ ਵਿੱਚ ਇਸ ਨੂੰ ਕਾਬੂ ਕਰ ਲਿਆ ਗਿਆ ਲੇਕਿਨ ਇਸ ਪੂਰੀ ਦੀ ਪੂਰੀ ਘਟਨਾ ਲਈ ਮਨਿੰਦਰ ਜਿਹੜਾ ਤਾਲੀਵਾਲ ਸੀ ਉਸ ਦੇ ਖਿਲਾਫ ਕੋਈ ਕੇਸ ਰਜਿਸਟਰ ਨਹੀਂ ਕੀਤਾ ਗਿਆ ਹੁਣ ਹਰ ਤਾਲੀਵਾਲ ਦੀ ਹੱਤਿਆ ਹੋ ਚੁੱਕੀ ਸੀ ਤੇ ਇਸ ਦਾ ਬਦਲਾ ਵੈਂਕੂਵਰ ਦੇ 에어ਪੋਰਟ ਦੇ ਬਾਹਰ ਇੱਕ ਸ਼ੂਟਿੰਗ ਦੇ ਵਿੱਚ ਯੂਨਾਈਟਿਡ ਨੇਸ਼ਨਸ ਗੈਂਗ ਦੇ ਇੱਕ ਬਹੁਤ ਹੀ ਕੀ ਮੈਂਬਰ ਸੀ ਕਰਮਨ ਜਿਹੜਾ ਗਰੇਵਾਲ ਸੀ ਉਸ ਨੂੰ ਮਾਰ ਕੇ ਲਿਆ ਗਿਆ ਕਰਮਨ ਗਰੇਵਾਲ ਸੀ ਉਸਦਾ ਨਾਮ ਕਈ ਬੈਂਕ ਰੋਬਰੀਜ਼ ਦੇ ਵਿੱਚ ਆਉਂਦਾ ਸੀਗਾ ਕਈ ਉਸਨੇ ਜਿਹੜੇ ਸੁਪਰਸਟੋਰ ਸੀ ਉਹਨਾਂ ਦੇ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕੀਤੀਆਂ ਸੀ ਤੇ ਕੁਝ ਕਤਲ ਦੀਆਂ ਵਾਰਦਾਤਾਂ ਵੀ ਕੀਤੀਆਂ ਸੀ ਜਿਨ੍ਹਾਂ ਵਿੱਚੋਂ ਕਈ ਜਿਹੜੀ ਡਰੱਗ ਸਟੋਰ ਰੋਬਰੀ ਸੀ ਉਸ ਦੇ ਵਿੱਚ ਉਸ ਦਾ ਨਾਲ ਦਾ ਪਾਰਟਨਰ ਸੀ ਗੁਰਸਿਮਰਨ ਸੋਤਾ ਜਿਸ ਨੇ 24 ਜੁਲਾਈ ਨੂੰ ਮਨਿੰਦਰ ਗਰੇਵਾਲ ਨੂੰ ਗੋਲੀਆਂ ਮਾਰੀਆਂ ਤੇ ਹੁਣ ਉਹ ਇਸ ਵਕਤ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਸੋ ਵੈਂਕੂਵਰ ਦੇ 에ਅਰਪੋਰਟ ਤੇ ਬਾਹਰ ਇੱਕ ਕਾਫੀ ਬਿਜ਼ੀ ਇਲਾਕੇ ਦੇ ਵਿੱਚ ਗੋਲੀਆਂ ਲਗਾਤਾਰ ਚੱਲੀਆਂ ਇੱਕ ਐਸਯੂਵੀ ਦੇ ਵਿੱਚ ਕੁਝ ਲੋਕ ਆਏ ਉਹਨਾਂ ਨੇ ਗੋਲੀਆਂ ਮਾਰੀਆਂ ਕਰਮਨ ਗਰੇਵਾਲ ਨੂੰ ਤੇ ਉੱਥੋਂ ਨਿਕਲ ਗਏ ਬਾਅਦ ਦੇ ਵਿੱਚ ਪੁਲਿਸ ਨੇ ਕੁਝ ਦੇਰ ਤੱਕ ਇਸ ਐਸਯੂਵੀ ਦਾ ਪਿੱਛਾ ਵੀ ਕੀਤਾ ਲੇਕਿਨ ਗੋਲੀਆਂ ਚੱਲ ਰਹੀਆਂ ਸੀ ਤੇ ਪੁਲਿਸ ਨੂੰ ਇਹ ਖਤਰਾ ਸੀ ਕਿ ਪਬਲਿਕ ਨੂੰ ਇਸ ਚੀਜ਼ ਦਾ ਨੁਕਸਾਨ ਨਾ ਹੋਵੇ ਆਸ-ਪਾਸ ਜਿਹੜੇ ਬਾਇਸਟੈਂਡਰਸ ਖੜੇ ਨੇ ਜਾਂ ਹੋਰ ਜਿਹੜੇ ਲੋਕ ਖੜੇ ਨੇ ਪੁਲਿਸ ਚੇਸ ਦੇ ਚੱਲਦੇ ਆ ਜੇ ਗੈਂਗਸਟਰਸ ਹੋਰ ਖੁਨੀ ਹੋਗੇ ਤਾਂ ਉਹ ਇਧਰ ਉਧਰ ਗੋਲੀਆਂ ਚਲਾਣਗੇ ਤੇ ਲੋਕਾਂ ਦਾ ਨੁਕਸਾਨ ਹੋਏਗਾ ਸੋ ਜਿਹੜੇ ਵੀ ਹਮਲਾਵਲ ਸਨ ਉਹ ਕਰਮਨ ਗਰੇਵਾਲ ਨੂੰ ਮਾਰਨ ਤੋਂ ਬਾਅਦ ਉੱਥੋਂ ਬਚ ਨਿਕਲੇ ਤੇ ਅੱਜ ਤੱਕ ਉਸ ਕੇਸ ਦੇ ਵਿੱਚ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਹੁਣ ਕਰਮਨ ਗਰੇਵਾਲ ਦਾ ਜਿਹੜਾ ਕਤਲ ਸੀ ਉਹ 9 ਮਈ 2021 ਨੂੰ ਕੀਤਾ ਗਿਆ ਹਰ ਤਾਲੀਵਾਲ ਦੇ ਕਤਲ ਤੋਂ ਠੀਕ 1 ਮਹੀਨੇ ਬਾਅਦ ਯੂਨਾਈਟਿਡ ਨੇਸ਼ਨਸ ਗੈਂਗ ਦੇ ਇੱਕ ਕੀ ਮੈਂਬਰ ਨੂੰ ਮਾਰਤਾ ਗਿਆ ਸੀ ਇਸ ਵਾਰ ਦਾ ਤੋਂ 4 ਦਿਨ ਬਾਅਦ ਹੀ ਬਰਨਬੀ ਦੇ ਵਿੱਚ ਜਸਕੀਰਤ ਕਲਕੱਤ ਨਾ ਦਾ ਇੱਕ ਹੋਰ ਜਿਹੜਾ ਬਰਦਰਸ ਕੀਪਰਸ ਗੈਂਗ ਦਾ ਇੱਕ ਮੈਂਬਰ ਸੀ ਜਿਸ ਨੇ ਕਿ ਕਈ ਵਾਰਦਾਤਾਂ ਦੇ ਵਿੱਚ ਕਾਫੀ ਅਹਿਮ ਭੂਮਿਕਾ ਨਿਭਾਈ ਸੀ ਖਾਸ ਕਰਕੇ ਜਿਤੇਸ਼ ਵਾਗ ਦੇ ਉੱਤੇ ਜਦੋਂ 24 ਦਸੰਬਰ 2017 ਨੂੰ ਜਿਹੜਾ ਹਮਲਾ ਕੀਤਾ ਗਿਆ ਸੀ ਉਸ ਦੇ ਵਿੱਚ ਸਟੈਬਿੰਗ ਦੇ ਵਿੱਚ ਉਸ ਨੂੰ ਸਜ਼ਾ ਵੀ ਹੋਈ ਸੀ ਸੋ ਉਸੇ ਜਸਕੀਰਤ ਕਲਕੱਟ ਨੂੰ ਬਰਨਵੀ ਦੇ ਵਿੱਚ ਗੋਲੀ ਮਾਰਤੀ ਜਾਂਦੀ ਹੈ 13 ਮਈ 2021 ਨੂੰ ਤੇ ਇਸ ਤੋਂ 10 ਦਿਨ ਬਾਅਦ ਯਾਨੀ ਕਿ 23 ਮਈ 2021 ਨੂੰ ਜਸਕੀਰਤ ਕਲਕੱਤਾ ਜਿਹੜਾ ਛੋਟਾ ਪਰਾ ਹੁੰਦਾ ਹੈ ਗੁਰਕੀਰਤ ਕਲਕੱਤਾ ਉਸ ਨੂੰ ਕੈਲਗਰੀ ਦੇ ਵਿੱਚ ਗੋਲੀ ਮਾਰੀ ਜਾਂਦੀ ਹੈ ਕਿਉਂਕਿ ਸਟ੍ਰੇਟ ਆਊਟਰ ਕਰਮਨ ਗਰੇਵਾਲ ਦੀ ਵੈਂਕੂਵਰ 에য়ারਪੋਰਟ ਦੇ ਬਾਹਰ ਕੀਤੀ ਗਈ ਹੱਤਿਆ ਦੇ ਬਦਲੇ ਵਜੋਂ ਵੇਖਿਆ ਜਾਂਦਾ ਹੈ ਸੋ ਯੂਨਾਈਟਿਡ ਨੇਸ਼ਨਜ਼ ਅਤੇ ਬ੍ਰਦਰਸ ਕੀਪਰਸ ਗੈਂਗ ਦਰਮਿਆਨ ਗੈਂਗ ਵਾਰ ਦੇ ਵਿੱਚ ਜਿਹੜੀਆਂ ਮੌਤਾਂ ਜਾਂ ਹੱਤਿਆਵਾਂ ਹੋ ਰਹੀਆਂ ਸਨ ਉਹਨਾਂ ਦਾ ਇੱਕ ਸਿਲਸਲਾ ਸੀ ਕਿਉਂਕਿ ਥੰਮ ਨਹੀਂ ਸੀ ਰਿਹਾ ਇਹ ਮੈਂ ਕੁਝ ਹਾਈ ਪ੍ਰੋਫਾਈਲ ਕਿਲਿੰਗਸ ਦਾ ਜ਼ਿਕਰ ਕੀਤਾ ਹੈ ਨੋਟਵਰਦੀ ਲੋਕ ਮਾਰੇ ਗਏ ਲੇਕਿਨ ਇਹਨਾਂ ਤੋਂ ਇਲਾਵਾ ਵੀ ਦਰਜਨਾ ਦੀ ਗਿਣਤੀ ਦੇ ਵਿੱਚ ਹੋਰ ਅਜਿਹੇ ਛੋਟੇ ਮੋਟੇ ਜਿਹੜੇ ਗੈਂਗਸਟਰ ਸਨ ਜਾਂ ਸਬ ਗੈਂਗਸ ਦੇ ਜਿਹੜੇ ਪਾਰਟਨਰ ਸਨ ਉਹਨਾਂ ਦੀ ਵੀ ਹਤਿਆਵਾਂ ਲਗਾਤਾਰ ਹੁੰਦੀਆਂ ਆ ਰਹੀਆਂ ਸਨ ਇਹੀ ਕਾਰਨ ਸਨ ਕਿ ਵੈਂਕੂਵਰ ਦੀ ਪੁਲਿਸ ਡਿਪਾਰਟਮੈਂਟ ਅਤੇ ਜਿਹੜੀ ਕੰਬਾਈਨਡ ਫੋਰਸਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਸੀ ਉਹਨਾਂ ਨੇ ਇਹ ਲੋਕਾਂ ਦੇ ਨਾਂ ਤੇ ਇਹਨਾਂ ਦੀਆਂ ਤਸਵੀਰਾਂ ਪਬਲਿਕ ਵਰਨਿੰਗਸ ਦੇ ਵਿੱਚ ਪਬਲਿਕ ਜਿਹੜੀ ਮੈਸੇਜ ਸੀ ਉਸ ਦੇ ਵਿੱਚ ਦਿੱਤੀਆਂ ਤੇ ਲੋਕਾਂ ਨੂੰ ਅਗਾਹ ਰਹਿਣ ਲਈ ਕਿਹਾ ਇਹ ਲੋਕ ਜਿੱਥੇ ਵੀ ਦਿਸਣ ਜਾਂ ਇਹਨਾਂ ਤੋਂ ਇੱਕ ਦੂਰੀ ਮੇਨਟੇਨ ਕੀਤੀ ਜਾਏ ਕਿਉਂਕਿ ਗੈਂਗਵਾਰਸ ਦੇ ਵਿੱਚ ਇਹਨਾਂ ਉੱਤੇ ਕਦੇ ਵੀ ਇਹ ਕਾਤਲਾਨਾ ਹਮਲੇ ਹੋ ਸਕਦੇ ਸੀ ਜਿਸ ਵਿੱਚ ਕਿ ਆਮ ਲੋਕਾਂ ਨੂੰ ਨੁਕਸਾਨ ਨਾ ਹੋਵੇ ਤੇ ਇਹ ਚੀਜ਼ ਕਲੀਅਰ ਹੋਈ ਕਿ ਪੁਲਿਸ ਨੂੰ ਜਿਹੜਾ ਖਤਰਾ ਹੈ ਗੈਂਗਵਾਰ ਦੇ ਵਿੱਚ ਜਿਹੜੇ ਲੋਕਾਂ ਦੇ ਮਾਰੇ ਜਾਣ ਦਾ ਖਤਰਾ ਹੈ ਉਹ ਲੋਕ ਕੁਝ-ਕੁਝ ਮਹੀਨੇ ਤੇ ਕੁਝ-ਕੁਝ ਸਾਲ ਬਾਅਦ ਵੀ ਟਾਰਗੇਟ ਹੋਏ ਪਬਲਿਕ ਦੇ ਵਿੱਚ ਹੀ ਲੋਕਾਂ ਦੇ ਸਾਹਮਣੇ ਹੀ ਇਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਸੋ ਇੱਕ ਅਜੇ ਹੀ ਗੈਂਗਵਾਰ ਇਸ ਵਕਟ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਾਰੀ ਹੈ ਜਿਸ ਵਿੱਚ ਆਮ ਲੋਕਾਂ ਨੂੰ ਕੋਈ ਨੁਕਸਾਨ ਨਾ ਹੋਵੇ ਇਸ ਚੀਜ਼ 'ਤੇ ਜਿਹੜਾ ਜ਼ਿਆਦਾ ਫੋਕਸ ਹੈ ਬ੍ਰਿਟਿਸ਼ ਕੋਲੰਬੀਆ ਅਤੇ ਕੈਨੇਡਾ ਦੀ ਜਿਹੜੀ ਅਥਾਰਟੀਜ਼ ਹੈ ਉਹਨਾਂ ਦਾ ਰਾਦਰਦਰਨ ਇਸ ਚੀਜ਼ ਦੇ ਕਿ ਇਹਨਾਂ ਗੈਂਗਸਟਰਸ ਨੂੰ ਸਿਕਿਉਰ ਕੀਤਾ ਜਾਏ ਕੱਲ ਦੀ ਆਪਣੀ ਰਿਪੋਰਟ ਦੇ ਵਿੱਚ ਮੈਂ ਹੋਰ ਥੋੜੇ ਵੇਰਵੇ ਵੀ ਜਾਵਾਂਗਾ ਕਿਉਂਕਿ ਕੰਪੈਰੀਜ਼ਨ ਜ਼ਰੂਰ ਬੰਦਦਾ ਹੈ ਪੰਜਾਬ ਜਾਂ ਭਾਰਤ ਦੇ ਵਿੱਚ ਜਿਸ ਤਰੀਕੇ ਨਾਲ ਗੈਂਗਸਟਰਸ ਨੂੰ ਆਪਾਂ ਸੁਰੱਖਿਆ ਮੁਹੱਈਆ ਕਰਾਈ ਹੋਈ ਹੈ ਤੇ ਦੂਸਰੇ ਪਾਸੇ ਕੋਈ ਵੀ ਐਡੀਸ਼ਨਲ ਸਿਕਿਉਰਿਟੀ ਕੈਨੇਡਾ ਦੇ ਵਿੱਚ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸੀ ਨੂੰ ਜਾਣਦਿਆਂ ਹੋਇਆ ਕਿ ਜਾਨ ਦਾ ਖਤਰਾ ਇਹਨਾਂ ਗੈਂਗ ਕੋਈ ਵੀ ਸੁਰੱਖਿਆ ਇਹਨਾਂ ਨੂੰ ਨਹੀਂ ਦਿੱਤੀ ਜਾਂਦੀ ਇਹ ਆਪਣੇ ਬੇਸ ਉੱਤੇ ਹੀ ਆਪਣੀ ਪ੍ਰੋਟੈਕਸ਼ਨ ਕਰ ਲੈਣ ਤਾਂ ਇਹ ਬਚ ਸਕਦੇ ਨੇ ਆਦਰਵਾਇਜ਼ ਕਿਤੇ ਵੀ ਇਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਮੰਨਿਆ ਤੋਂ ਮੰਨਿਆ ਗੈਂਗਸਟਰ ਵੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਗੈਂਗ ਵਾਰ ਦੇ ਵਿੱਚ ਨਿਸ਼ਾਨਾ ਬਨਣ ਤੋਂ ਬਚ ਨਹੀਂ ਪਾਇਆ ਹੈ ਇੱਕ ਬਹੁਤ ਲੰਬੀ ਚੌੜੀ ਹਿਸਟਰੀ ਹੈ ਮੈਂ ਆਪਣੀਆਂ ਤਿੰਨ ਰਿਪੋਰਟਾਂ ਦੇ ਵਿੱਚ ਇੱਕ ਗੈਂਗਸਟਰ ਦੇ ਬਾਰੇ ਤੁਹਾਨੂੰ ਦੱਸਿਆ ਹੈ ਤੇ ਗੈਂਗ ਵਾਰਸ ਦੇ ਵਿੱਚ ਇਹ ਸਾਰੇ ਗੈਂਗਸਟਰ ਮਾਰੇ ਗਏ ਨੇ ਕੋਈ ਵੀ ਗੈਂਗਸਟਰ ਅਨਡੂ ਜਿਹੜੀ ਪ੍ਰੋਟੈਕਸ਼ਨ ਸੀ ਨਾ ਤਾਂ ਉਸ ਨੂੰ ਸਟੇਟ ਤੋਂ ਤਾਹੀਂ ਪੁਲਿਸ ਤੋਂ ਮਿਲ ਪਾਏ ਕਿਉਂਕਿ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਨਸ਼ੇ ਦੀ ਸਮਗਲਿੰਗ ਦੇ ਵਿੱਚ ਲੱਗੇ ਹੋਏ ਇਹ ਗੈਂਗਸਟਰ ਉਸ ਪ੍ਰੋਟੈਕਸ਼ਨ ਨੂੰ ਡਿਜ਼ਰਵ ਨਹੀਂ ਸੀ ਕਰਦੇ ਸੋ ਇਹੀ ਕਾਰਨ ਸੀ ਕਿ ਇਹਨਾਂ ਦੀ ਇਹੀ ਕਿਸਮਤ ਸੀ ਇਹੀ ਨੇਤੀ ਸੀ ਤੇ ਇਹੀ ਇਹਨਾਂ ਦਾ ਅੰਤ ਹੋਣਾ ਸੀ ਤੇ ਆਉਣ ਵਾਲੇ ਕਈ ਹੋਰ ਮਹੀਨਿਆਂ ਤੇ ਸਾਲਾਂ ਦੇ ਵਿੱਚ ਵੀ ਇਹ ਗੈਂਗ ਹਾਰਸ ਦਾ ਸਿਲਸਿਲਾ ਅੱਗੇ ਤੁਰਨਾ ਹੈ ਕੈਨੇਡਾ ਦੀ ਸਰਕਾਰ ਤੇ ਉੱਥੋਂ ਦੀ ਅਥਾਰਟिटीज ਦੀ ਜਿਹੜੀ ਫੋਕਸ ਤੇ ਪ੍ਰਾਇਰੀਟੀ ਹੈ ਉਹ ਪਬਲਿਕ ਸੇਫਟੀ ਹੈ ਲੋਕ ਸੁਰੱਖਿਅਤ ਰਹਿਣ ਲੋਕਾਂ ਨੂੰ ਕੋਈ ਨੁਕਸਾਨ ਨਾ ਹੋਵੇ ਕਮਿਊਨਿਟੀ ਦੇ ਵਿੱਚ ਕੋਈ ਪੈਨਿਕ ਜਾਂ ਕੋਈ ਡਰ ਨਾ ਫੈਲੇ ਜ਼ਿਆਦਾ ਫੋਕਸ ਇਸ ਚੀਜ਼ ਤੇ ਦਿੱਤਾ ਜਾਂਦਾ ਹੈ ਤੇ ਇਸ ਗੈਂਗਵਾੜ ਦੇ ਵਿੱਚ ਜਿੰਨੇ ਵੀ ਗੈਂਗਸਟਰਸ ਮਰਨਗੇ ਉਸ ਦੇ ਨਾਲ ਸਫਾਈ ਹੀ ਇਸ ਸਿਸਟਮ ਦੀ ਹੋਣੀ ਹੈ ਇਸ ਚੀਜ਼ ਨੂੰ ਅੰਦਰ ਖਾਤਿਆਂ ਇਹ ਲਾਅ ਐਨਫੋਰਸਮੈਂਟ ਏਜੰਸੀਆਂ ਸਮਝਦੀਆਂ ਨੇ ਤਾਂ ਹੀ ਕਰਕੇ ਜਿਹੜੀਆਂ ਵੀ ਵਾਰਨਿੰਗਸ ਜਾਰੀ ਕੀਤੀਆਂ ਜਾ ਰਹੀਆਂ ਨੇ ਉਹ ਲੋਕਾਂ ਨੂੰ آگਾਹ ਕਰਨ ਦੇ ਪੱਖੋਂ ਹੈਗੀਆਂ ਨੇ ਲੋਕਾਂ ਨੂੰ ਇੱਕ ਚੇਤਾਵਨੀ ਹੁੰਦੀ ਹੈ ਲੋਕਾਂ ਨੂੰ ਖੁਦ ਸੰਭਲਣ ਦੀ ਇੱਕ ਵਰਨਿੰਗ ਇਸ ਨੂੰ ਸਮਝਿਆ ਜਾ ਸਕਦਾ ਹੈ ਨਾ ਕਿ ਇਹਨਾਂ ਗੈਂਗਸਟਰਸ ਨੂੰ ਕੋਈ ਅਨਡਿਊ ਪ੍ਰੋਟੈਕਸ਼ਨ ਜੋ ਕਿ ਅਕਸਰ ਸਟੇਟ ਵੱਲੋਂ ਦਿੱਤੀ ਜਾਂਦੀ ਹੈ ਜਿਵੇਂ ਕਿ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਹੁੰਦਾ ਆ ਰਿਹਾ ਹੈ ਇਸ ਪੁਆਇੰਟ ਨੂੰ ਮੈਂ ਅਗਲੀ ਰਿਪੋਰਟ ਦੇ ਵਿੱਚ ਉਚੇਚੇ ਡਿਸਕਸ ਕਰਾਂਗਾ ਕਿਉਂਕਿ ਅੱਜ ਮੈਨੂੰ ਲੱਗਾ ਕਿ 브ਦਰਸ ਕੀਪਰਸ ਗੈਂਗ ਜੋ ਕਿ ਯੂਨਾਈਟਿਡ ਨੇਸ਼ਨਸ ਗੈਂਗ ਦੇ ਨਾਲ ਸਿੱਧੇ ਇੱਕ ਗੈਂਗਵਾਰ ਦੇ ਵਿੱਚ ਉਲਝਿਆ ਹੋਇਆ ਹੈ ਅੱਜ ਮੈਂ ਉਸ ਉੱਤੇ ਫੋਕਸ ਕਰਨਾ ਚਾਹੁੰਦਾ ਸੀ ਸੋ ਜਿੰਨੀਆਂ ਵੀ ਘਟਨਾਵਾਂ ਹੋਈਆਂ ਨੇ ਹਰ ਤਾਲੀਵਾਲ ਦਾ ਪਿਛਲੇ ਸਾਲ ਹੋਇਆ ਮਰਡਰ ਤੇ ਮਨਿੰਦਰ ਜਿਹੜਾ ਤਾਲੀਵਾਲ ਹੈ ਉਸ ਦਾ ਮਰਡਰ ਇਸ ਦੇ ਵਿੱਚ ਵੀ ਇੱਕ ਲੰਮਾ ਚੌੜਾ ਸਿਲਸਿਲਾ ਚੱਲਿਆ ਹੈ ਜਿਸ ਵਿੱਚ ਕਿ ਯੂਨਾਈਟਿਡ ਨੇਸ਼ਨਸ ਗੈਂਗ ਦੇ ਜਦੋਂ ਮੈਂਬਰਾਂ ਨੂੰ ਟਾਰਗੇਟ ਕੀਤਾ ਗਿਆ ਉਹਨਾਂ ਨੇ 브ਦਰਸ ਕੀਪਰਸ ਦੇ ਮੈਂਬਰਾਂ ਦੇ ਉੱਤੇ ਜ਼ਿਆਦਾ ਵੱਡੇ ਹਮਲੇ ਕੀਤੇ ਜ਼ਿਆਦਾ ਟਾਰਗੇਟਡ ਅਟੈਕ ਕੀਤੇ ਕਿਉਂਕਿ ਯੂਨਾਈਟਿਡ ਨੇਸ਼ਨਜ਼ ਇੱਕ ਬਹੁਤ ਪੁਰਾਣਾ ਗੈਂਗ ਹੈ ਬਹੁਤ ਲੰਬੀ ਚੌੜੀ ਉਸਦੀ ਐਲਾਈਅੰਸ ਹੈ ਉਸ ਦੀਆਂ ਜੜ੍ਹਾਂ ਬਹੁਤ ਜ਼ਿਆਦਾ ਗਹਿਰੀਆਂ ਨੇ ਸੋ ਬ੍ਰਦਰਸ ਕੀਪਰਜ਼ ਦੇ ਉੱਤੇ ਸਰਟਨਲੀ ਯੂਨਾਈਟਿਡ ਨੇਸ਼ਨਜ਼ ਜਿਹੜਾ ਗੈਂਗ ਹੈ ਉਹ ਪਾਰੀ ਪੈਂਦਾ ਹੋਇਆ ਫਿਲਹਾਲ ਇਸ ਗੈਂਗਵਾਰ ਦੇ ਵਿੱਚ ਇਸ ਸਮੇਂ ਤੱਕ ਨਜ਼ਰ ਆ ਰਿਹਾ ਹੈ ਸੋ ਆਸ ਇਹ ਹੀ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਹੋਰ ਮਹੀਨਾ ਜਾਂ ਸਾਲਾਂ ਦੇ ਵਿੱਚ ਇਹ ਜਿਹੜੀ ਗੈਂਗਵਾਰ ਹੈ ਇਹ ਜ਼ਿਆਦਾ ਐਸਕੇਲੇਟ ਨਾ ਕਰੇ ਕਿਉਂਕਿ ਜਦੋਂ ਵੀ ਇਸ ਤਰੀਕੇ ਦੀਆਂ ਘਟਨਾਵਾਂ ਹੁੰਦੀਆਂ ਨੇ ਸ਼ੂਟਿੰਗਸ ਹੁੰਦੀਆਂ ਨੇ ਕਿਸੇ ਨਾ ਕਿਸੇ ਪਬਲਿਕ ਥਾਂ ਦੇ ਉੱਤੇ ਕਿਸੇ ਗੈਂਗਸਟਰ ਨੂੰ ਨਿਸ਼ਾਨਾ ਬਣਾਏ ਜਾਣ ਦੇ ਰਸਤੇ ਦੇ ਵਿੱਚ ਬਹੁਤ ਸੇ ਇਨੋਸੈਂਟ ਲੋਕ ਵੀ ਹੋ ਸਕਦੇ ਨੇ ਜਿਨ੍ਹਾਂ ਦੀ ਜਾਨਾਂ ਨੂੰ ਹਮੇਸ਼ਾ ਹੀ ਉਹ ਰਿਸਕ ਹੈ ਉਸ ਤੋਂ ਬਚਣ ਦੀ ਲੋੜ ਹੈ ਆਸਦਾਇ ਕਿਤੇ ਜਾਣੀ ਚਾਹੀਦੀ ਹੈ ਕਿ ਕੈਨੇਡੀਅਨ ਅਥਾਰਟिटीज ਇਹਨਾਂ ਗੈਂਗਸਟਰ ਨੂੰ ਫੜਕੇ ਇਹਨਾਂ ਨੂੰ ਚਾਰਜ ਕਰਕੇ ਟ੍ਰਾਇਲ ਚਲਾ ਕੇ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕ ਕੇ ਤੇ ਉੱਥੇ ਹੀ ਰੱਖੇ ਲੇਕਿਨ ਜਿਹੜਾ ਕਾਨੂੰਨ ਹੈ ਉਹ ਸਟ੍ਰਿਕਟਲੀ ਆਪਣੇ ਕੋਡ ਦੇ ਨਾਲ ਚੱਲਦਾ ਹੈ ਉਸ ਤਰ੍ਹਾਂ ਕਿ ਦੀਆਂ ਸਖਤ ਧਾਰਾਵਾਂ ਨਹੀਂ ਹੈਗੀਆਂ ਨੇ ਪੰਜਾਬ ਜਾਂ ਭਾਰਤ ਦੇ ਵਿੱਚ ਬਹੁਤ ਸੇ ਹੋਰ ਤਰੀਕੇ ਹੁੰਦੇ ਨੇ ਇਸ ਤਰੀਕੇ ਦੇ ਜੇ ਗੈਂਗਸਟਰ ਪਬਲਿਕ ਦੇ ਵਿੱਚ ਨਾ ਘੁਮ ਸਕਣ ਲੇਕਿਨ ਕੈਨੇਡਾ ਦੇ ਵਿੱਚ ਇਹ ਲੋਕ ਖੁੱਲੇ ਹੈਗੇ ਨੇ ਇਹਨਾਂ ਦਾ ਪਬਲਿਕ ਦੇ ਵਿੱਚ ਖੜਾ ਹੋਣਾ ਕਿਉਂਕਿ ਉਹ ਧਾਰਾਵਾਂ ਉਹ ਸਖਤ ਜਿਹੜੇ ਚਾਰਜਸ ਇਹਨਾਂ ਉੱਤੇ ਨਹੀਂ ਲੱਗੇ ਹੁੰਦੇ ਤਾਂ ਕਿ ਇਹਨਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਸਕੇ ਬੰਦ ਰੱਖਿਆ ਜਾ ਸਕੇ ਸੁਬੇਲਾਂ ਵੀ ਮਿਲ ਜਾਂਦੀਆਂ ਨੇ ਪਬਲਿਕ ਦੇ ਵਿੱਚ ਇਹ ਲੋਕ ਆ ਜਾਂਦੇ ਨੇ ਜਿਸ ਤੋਂ ਬਾਅਦ ਖਤਰਾ ਪਬਲਿਕ ਨੂੰ ਜ਼ਿਆਦਾ ਹੁੰਦਾ ਹੈ ਜਦੋਂ ਵੀ ਇਹਨਾਂ ਨੂੰ ਕੋਈ ਵਿਰੋਧੀ ਗੈਂਗ ਨਿਸ਼ਾਨਾ ਬਣਾਉਂਦਾ ਹੈ ਸੋ ਅੱਜ ਦੀ ਰਿਪੋਰਟ ਐਥੇ ਤੋਂ ਆ ਕਿਸੀ ਕੱਲ ਦੀ ਰਿਪੋਰਟ ਬੜੀ ਇੰਪੋਰਟੈਂਟ ਹੈ ਕੰਪੈਰੀਟਿਵ ਅਨਾਲਿਸਿਸ ਹੈ ਉਸ ਦੇ ਵਿੱਚ ਮੈਂ ਪੁਆਇੰਟ ਟੂ ਪੁਆਇੰਟ ਚੱਲਾਂਗਾ ਤੇ ਆਪਾਂ ਇੱਕ ਇੱਕ ਪੁਆਇੰਟ ਨੂੰ ਲੈ ਕੇ ਬ੍ਰਿਟਿਸ਼ ਕੋਲੰਬੀਆ ਤੇ ਪੰਜਾਬ ਦੀ ਵਿਵਸਥਾ ਨੂੰ ਕੰਪੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਉਹ ਰਿਪੋਰਟ ਨੂੰ ਦੇਖਣਾ ਵੀ ਤੁਸੀਂ ਨਾ ਭੁੱਲਿਓ ਕਿਉਂਕਿ ਉਹ ਇੱਕ ਤੱਤ ਹੈਗਾ ਉਹ ਇੱਕ ਕਨਕਲੂਜਨ ਹੈ ਇਸ ਚਾਰ 파ੜ ਦੀ ਸੀਰੀਜ਼ ਦਾ ਜਿਸ ਦੇ ਚਾਰ 파ੜ ਤਾਂ ਅੱਜ ਪੂਰੇ ਨੇ ਲੇਕਿਨ ਇੱਕ ਐਡੀਸ਼ਨਲ ਪੰਜਵਾਂ ਐਪੀਸੋਡ ਮੈਂ ਕੱਲ ਲੈ ਕੇ ਹਾਜ਼ਰ ਹੋਵਾਂਗਾ ਸੋ ਬਹੁਤ ਬਹੁਤ ਧੰਨਵਾਦ ਰਤੇਸ਼ ਲਖੀਆਨ ਪਲਗਨਾ